सर कल रात जिहड़े मुंडे दा कतल होया सी ना उहदी पोस्टमार्टम रिपोर्ट आ गई। सर सत श्री अकाल जी। सत श्री अकाल जी। सर रिपोर्ट लिखाणी सी जी। हाँ जी दसो। सर मेरा जवाई ना जी, मेरी धी नूं बहुत कुड़दा मारदा जी, उहदी रिपोर्ट कराणी सी जी। ਕੀ ਨਾਮ ਆ ਤੁਹਾਡੇ ਜਵਾਈ ਦਾ? ਸਰ ਪਰਮਿੰਦਰ ਸਿੰਘ ਉਰਫ ਵਿੱਕੀ, ਪਿੰਡ ਗੰਢਵਾ ਤੋਂ ਆ ਜੀ। ਤੁਹਾਡੀ ਬੇਟੀ ਦਾ ਕੀ ਨਾਮ ਆ? ਮੇਰਾ ਨਾਮ ਜਸਪ੍ਰੀਤ ਹੈ। ਮੇਰੇ ਵਿਆਹ ਨੂੰ 2 ਸਾਲ ਹੋ ਗਏ। ਜੇ 2 ਸਾਲ ਤੋਂ ਕੁੱਟਮਾਰ ਕਰ ਰਿਹਾ ਸੀ ਫਿਰ ਤੁਸੀਂ ਪਹਿਲਾਂ ਰਿਪੋਰਟ ਕਿਉਂ ਲਿਖਾਈ? ਜੱਸੀ ਡੈਡੀ ਕਮਲ ਯਾਰ, ਇੱਕ ਤਾਂ ਸਿਲੇਬਸ ਇੰਨਾ ਜ਼ਿਆਦਾ ਹੈ ਨਾ, ਸਮਝ ਹੀ ਨਹੀਂ ਆ ਰਿਹਾ ਪੇਪਰ 'ਚ ਕੀ ਪੜ੍ਹਾਂ ਕੀ ਛੱਡਾਂ। ਟੈਨਸ਼ਨ ਪਾਈ ਹੋਈ ਹੈ ਪੇਪਰਾਂ ਨੇ ਤਾਂ। ਇਹ ਤਾਂ ਵੈਸੇ ਵੀ ਤੂੰ ਰੱਖ ਲੈ, ਇਹ ਤਾਂ ਮੈਂ ਸਾਰੀ ਤਿਆਰੀ ਕਰ ਰੱਖੀ ਹੋਈ ਹੈ, 2-3 ਵਾਰ ਪੜ੍ਹ ਚੁੱਕੀ ਹਾਂ, ਬਹੁਤ ਸੋਹਣੀ ਹੈ। ਠੀਕ ਹੈ। ਹੋਰ ਹੋਰ ਤਾਂ ਤੂੰ ਦੱਸ, ਪੇਪਰਾਂ ਤੋਂ ਬਾਅਦ ਤੇਰਾ ਕੀ ਪਲਾਨ ਹੈ? ਮੇਰਾ ਤਾਂ ਪਲਾਨ ਤਾਂ ਇਹ ਹੈ ਬਸ ਕੋਈ ਨੌਕਰੀ ਜੋਬ ਦਾ ਲੱਭਣਾ ਹੈ। ਨੌਕਰੀ ਤਾਂ ਤੈਨੂੰ ਮਿਲ ਹੀ ਜਾਣੀ, ਇੰਨਾ ਤਾਂ ਤੂੰ ਪੜ੍ਹਦਾ ਹੈ। ਤੂੰ ਇਹ ਦੱਸ ਵਿਆਹ ਬਾਰੇ ਕੀ ਸੋਚਿਆ? ਵਿਆਹ ਮੇਰੇ ਨਾਲ ਕਿਹਨੇ ਕਰਾਉਣਾ ਵਿਆਹ? ਅੱਜ ਕੱਲ੍ਹ ਨਾ ਲੋਕ ਬਹੁਤ ਪਰਸਨੈਲਿਟੀ ਹੋਰ ਸੋਹਣਾਪਣ ਹੈ ਨਾ ਕਿੰਨਾ ਕੁਛ ਦੇਖਦੇ ਨੇ, ਨਾਲੇ ਮੈਨੂੰ ਨਹੀਂ ਲੱਗਦਾ ਵੀ ਹੈ ਨਾ ਕੋਈ ਕੁੜੀ ਮੈਨੂੰ ਪਸੰਦ ਕਰੂਗੀ। ਲੈ ਦੱਸ ਕੀ ਸੋਚੀ ਜਾਂਦਾ? ਸਿਰਫ ਇੱਕ ਰੰਗ ਪਿੱਛੇ ਹੀ ਰਹਿ ਗਿਆ ਤੂੰ? ਹਾਂ ਇੰਨਾ ਇੰਟੈਲੀਜੈਂਟ ਹੈ, ਇੰਨੇ ਤੇਰੇ 'ਚ ਗੁਣ ਹੈ, ਅੱਜ ਤੱਕ ਮੈਂ ਤੈਨੂੰ ਕਦੇ ਕਿਸੇ ਨੂੰ ਮੈਲੀ ਅੱਖ ਨਾਲ ਨਹੀਂ ਦੇਖਦੇ ਦੇਖਿਆ। ਨਾਲੇ ਤੂੰ ਇੰਨੀ ਸੋਹਣੀ ਕਵਿਤਾਵਾਂ ਲਿਖਦਾ, ਤੂੰ ਇਹ ਚੀਜ਼ਾਂ ਵੱਲ ਧਿਆਨ ਦੇ। ਇਹ ਤਾਂ ਜਿਹੜੀ ਅੱਜ ਕੱਲ੍ਹ ਦੀਆਂ ਕੁੜੀਆਂ ਨੇ ਨਾ, ਜਿਨ੍ਹਾਂ ਨੂੰ ਅਕਲ ਨਹੀਂ ਹੈ ਉਹ ਦੇਖਦੀਆਂ ਨੇ ਬਾਹਰ ਦੀ ਸੁੰਦਰਤਾ, ਬਾਹਰ ਦਾ ਰੰਗ ਰੂਪ। ਜਿਹੜੇ ਤੈਨੂੰ ਦਿਲੋਂ ਪਿਆਰ ਕਰਦੀਆਂ ਹੋਣਗੀਆਂ ਨਾ, ਉਹ ਤੇਰੀ ਸੀਰਤ ਨਾਲ ਪਿਆਰ ਕਰਨਗੀਆਂ, ਤੇਰੇ ਗੁਣ ਨਾਲ ਪਿਆਰ ਕਰਨਗੀਆਂ। ਚੱਲ ਮੈਨੂੰ ਕੋਈ ਕਵਿਤਾ ਹੀ ਸੁਣਾ ਦੇ ਪਿਆਰੀ ਜੀ। ਕਵਿਤਾ ਬਸ ਦੇਖਦੇ ਸੀ ਜਿਹੋ ਜਿਹੇ ਹਾਲਾਤਾਂ 'ਚ ਗੁਜ਼ਰ ਰਿਹਾ, ਜਿਹੜਾ ਕੁਛ ਮਹਿਸੂਸ ਹੁੰਦਾ ਉਵੇਂ ਲਿਖਿਆ ਜਾਂਦਾ ਹੈ ਨਾ। ਮੈਂ ਵੀ ਮਹਿਸੂਸ ਕਰਨਾ ਚਾਹੁੰਦੀ ਹਾਂ, ਦੱਸ। ਬਾਕੀ ਮੈਂ ਇੱਕ ਲਿਖੀ ਆ ਰਾਤ ਕਵਿਤਾ ਕਿ ਮੇਰੇ ਹਾਲਾਤ ਮੇਰੇ 'ਤੇ ਹੱਸਦੇ ਨੇ, ਮੇਰੇ ਹਾਲਾਤ ਮੇਰੇ 'ਤੇ ਹੱਸਦੇ ਨੇ, ਪਰ ਉਹ ਭੋਲੇ ਇਸ ਗੱਲ ਤੋਂ ਵਾਕਫ ਨਹੀਂ ਕਿ ਮੈਂ ਜ਼ਿੰਦਗੀ 'ਚ ਲੜਨ ਦੀ ਸ਼ਕਤੀ ਰੱਖਦਾ ਹਾਂ। ਕਿੰਨਾ ਸੋਹਣਾ ਲਿਖਦਾ, ਕਿੰਨੀ ਅਲੱਗ ਸੋਚ ਹੈ ਤੇਰੀ, ਔਰ ਤੂੰ ਹਲੇ ਵੀ ਆਪਣੇ ਰੰਗ ਨੂੰ ਕੋਸਦਾ, ਪਾਗਲ ਹੈ ਤੂੰ ਤਾਂ। ਤੂੰ ਚਾਹੇ ਨਾ ਜਿਹੋ ਜਿਹੀ ਕੁੜੀ ਤੈਨੂੰ ਚਾਹੀਦੀ ਹੈ ਨਾ, ਤੈਨੂੰ ਉਹੋ ਜਿਹੀ ਮਿਲੂਗੀ, ਮੈਨੂੰ ਪੂਰਾ ਯਕੀਨ ਹੈ। ਸੱਚੀ? ਸੱਚੀ। ਚੱਲ ਹੁਣ ਤੂੰ ਮੈਨੂੰ ਜਾ ਲੈਂਦੇ, ਪੇਪਰਾਂ ਦੀ ਟੈਨਸ਼ਨ ਆ, ਤਿਆਰੀ ਕਰ ਲਵਾਂ। ਠੀਕ ਹੈ ਕਮਲੀਏ, ਤੇਰੇ ਤੋਂ ਵੱਧ ਸੋਹਣਾ ਹੋਰ ਕੌਣ ਹੋਊਗਾ, ਨਾਲੇ ਤੇਰੇ ਤੋਂ ਵੱਧ ਵਧੀਆ ਕੌਣ ਹੋਊਗਾ, ਇਹ ਤਾਂ ਮੈਂ ਤੈਨੂੰ ਕਹਿ ਨਹੀਂ ਸਕਦਾ, ਇਜ਼ਹਾਰ ਨਹੀਂ ਕਰ ਪਾਉਂਦਾ। ਪਰ ਕੋਈ ਨਹੀਂ, ਜੇ ਤੂੰ ਕਿਹਾ ਨਾ ਵੀ ਮਿਲੂ ਤਾਂ ਮੈਂ ਜ਼ਰੂਰ ਸੋਚੂੰਗਾ। ਹੈਲੋ ਪੁੱਤਰ। ਹਾਂਜੀ ਡੈਡੀ ਜੀ। ਰੋਟੀ ਰੋਟੀ ਬਣਾਈ ਨਹੀਂ ਪੁੱਤਰ ਕਿ? ਉਹ ਡੈਡੀ ਜੀ ਸਵੇਰੇ ਸਵੇਰੇ ਨਾ ਸਿਲੰਡਰ ਮੁੱਕ ਗਿਆ ਸੀਗਾ, ਉਹਦੇ ਕਰਕੇ ਲੇਟ ਹੋ ਗਈ ਰੋਟੀ ਬਣਾਉਣ ਤੋਂ। ਮੈਂ ਉੱਥੇ ਤੋਂ ਮੈਨੂੰ ਪਹਿਲਾਂ ਦੱਸ ਦਿੰਦੀ, ਮੈਂ ਜਾ ਕੇ ਲੈ ਆਉਂਦਾ, ਤੈਨੂੰ ਪਤਾ ਮੈਂ ਖੇਤ ਜਾਣਾ ਹੁੰਦਾ ਆ। ਡੈਡੀ ਜੀ ਲਿਆ ਤਾਂ ਇਹਨਾਂ ਨੇ ਦਿੱਤਾ ਸੀ, ਆ ਹੁਣ ਹੀ ਲਿਆ ਕੇ ਲਾਇਆ, ਬਸ ਮੈਂ ਅੱਧੇ ਘੰਟੇ 'ਚ ਰੈਡੀ ਕਰ ਦੂੰਗੀ ਰੋਟੀ ਪਾਣੀ। ਚੱਲ ਐ ਕਰੀ ਪੁੱਤ, ਫਿਰ ਖੇਤ ਦੀ ਰੋਟੀ ਭੇਜ ਦੀ ਮੇਰੀ। ਹੈ ਹਾਂਜੀ ਹਾਂ, ਮੈਂ ਇਹਨਾਂ ਨੂੰ ਕਹਿ ਦੂੰਗੀ ਇਹ ਫੜਾ ਜਾਣਗੇ। ਠੀਕ ਹੈ ਠੀਕ ਹੈ, ਚੱਲ ਜੀ ਠੀਕ ਹੈ ਪੁੱਤ। ਹਾਂਜੀ ਡੈਡੀ। ਹਾਂਜੀ ਡੈਡੀ, ਹੋਰ ਦੱਸੋ ਕਿਵੇਂ ਹੋ? ਬਹੁਤ ਵਧੀਆ ਬਹੁਤ ਵਧੀਆ। ਕਿੱਧਰ ਚੱਲੇ ਸੀ? ਮੈਂ ਖੇਤ ਚੱਲੇ ਸੀ ਪੁੱਤ। ਕਦੇ ਆਰਾਮ ਵੀ ਕਰ ਲਿਆ ਕਰੋ, ਤੁਸੀਂ ਵੀ ਹਮੇਸ਼ਾ ਖੇਤਾਂ 'ਚ ਰਹਿੰਦੇ। ਪੁੱਤ ਆਰਾਮ ਕਰਕੇ ਕੀ ਕਰਨਾ, ਤੇਰਾ ਵਿਆਹ ਵੀ ਕਰਨਾ ਮੇਰੇ ਸੋਹਣੇ ਕਾਕੇ ਦਾ। ਅੱਛਾ ਡੈਡੀ ਹੁਣ ਮੈਨੂੰ ਪੜ੍ਹ ਲੈਂਦਾ, ਹਲੇ ਵਿਆਹ ਵੀ ਦੀਆਂ ਗੱਲਾਂ ਕਿਵੇਂ ਚੱਲ ਰਹੇ ਨੇ? ਠੀਕ ਚੱਲ ਰਹੇ ਨੇ, ਬਸ ਜੀ ਲਾ ਕੇ ਪੜ੍ਹਿਆ ਕਰ ਪੁੱਤ। ਹਾਂਜੀ, 2-4 ਪੇਪਰ ਹੀ ਰਹਿ ਗਏ ਆ। ਚੱਲ ਠੀਕ ਹੈ, ਮੈਂ ਜਾਇਆ ਮੈਂ ਖੇਤ। ਹੈ ਠੀਕ ਹੈ। ਹੋਰ ਭਾਬੀ ਕੀ ਬਣਾ ਰਹੇ ਅੱਜ? ਬਸ ਆਲੂ ਪਕੌੜੇ ਬਣਾਉਣ ਲੱਗੀ ਸੀ, ਪੁੱਛਣਾ ਅੱਜ ਤਾਂ ਨਾ ਦੁਪਹਿਰ ਦੀ ਰੋਟੀ ਵੀ ਲੇਟ ਹੋ ਗਈ, ਸਿਲੰਡਰ ਮੁੱਕ ਗਿਆ ਸੀਗਾ। ਵੀਰਾ ਨਹੀਂ ਦਿਖ ਰਿਹਾ, ਕਿੱਥੇ ਹੈ? ਵੀਰੇ ਨੇ ਕਿੱਥੇ ਜਾਣਾ, ਆ ਅੰਦਰ ਹੀ ਬੈਠੇ ਹੋਣਗੇ, ਮਾਰ ਲਾ ਆਵਾਜ਼। ਉਹ ਇੱਥੇ ਆ ਨਾ, ਪੜ੍ਹੇ ਹੀ ਤੂੰ? ਹਾਂਜੀ। ਤੁਸੀਂ ਵੀ ਕਦੇ ਡੈਡੀ ਨਾਲ ਖੇਤ ਖੂਤ ਚਲ ਜਿਆ ਕਰੋ। ਮੈਂ ਖੇਤ ਤੋਂ ਹੀ ਆਇਆ, ਇਸ ਤੋਂ ਪਹਿਲਾਂ ਗੇੜਾ ਮਾਰ ਕੇ ਤੈਨੂੰ ਕਾਲਜ ਤੋਂ ਬੇਲ ਨਹੀਂ, ਤਾਂ ਕਰਕੇ ਤੈਨੂੰ ਦੇਖਿਆ ਨਹੀਂ ਗਿਆ। ਅੱਛਾ, ਮੈਨੂੰ ਇਸੇ ਭਾਬੀ ਇਕੱਲੇ ਲੱਗੇ ਹੋਏ ਆ, ਇਹਨਾਂ ਨਾਲ ਹੀ ਹੈਲਪ ਕਰਾ ਦਿਆ ਕਰੋ। ਲਓ ਭਾਬੀ ਮੈਂ ਕਰਾਵਾਂ ਕੁਛ? ਨਾ ਨਾ, ਇਹ ਸਾਰਾ ਕੁਛ ਤਾਂ ਮੈਂ ਆਪੇ ਕਰ ਲੂੰਗੀ। ਸੱਚ ਮੈਂ ਪੁੱਛਦੀ ਸੀ ਕਿੰਨੇ ਕੁ ਰਹਿ ਗਏ ਪੇਪਰ ਤੇਰੇ? ਮੇਰੇ ਬਸ 2-4 ਪੇਪਰ ਹੀ ਰਹਿ ਗਏ, ਕੀ ਗੱਲ ਹੋ ਗਈ? ਮੈਂ ਕਹਿੰਦੀ ਸੀ
मैं पेके गेड़ा मार के आना सीगा। पेपरां तो बाद चल जियो। तेरे तो पेपर ही नहीं मुकते हैगे। आ कदे केड़े टेस्ट शुरू होंदे ने, कदे पेपर, कदे कच्चे, कदे पक्के। भाई तू नहीं मैनू आराम दिंदी हैगी, मैनू भी छुट्टी चाहिए। 8-9 महीने हो गए मैं एक बारी गेड़ा नहीं मारके। कोई ना, पढ़ लैण दे उहनू, इहदे नू बाड़ा हैगा। आपां इहां करांगे, सवेरे जा आवांगे, शाम नू मुड़ आवांगे। ओहो हो हो, देखो किन्ने सियाने, सवेरे जाके शाम नू आ जांगे। भाई मैं तां 10-15 दिन दी छुट्टी ला के आनी आ, हुण देख लो तुसीं आपदा। ओए 10-15 दी छुट्टी तेरी कट देनी, ठीक है, बाद च जा आवांगे। दे रहण दे नू पेपर। बस भाभी फाइनल पेपर ने, मैनू एक बार इहदे तों फ्री हो लैंदो, फिर तुसीं चल जिओ। बस फिर 15 दिन ना मैनू छुट्टी दे दिओ, मैनू ना कह दिओ भी भाभी आ कल नू जाके परसों नू वापस आ जा। ओ चल तू सब्जी बना लै, बापू दी रोटी दे के आउणी है, नाले मैं खेतों ही आया, ठीक है। अच्छा दुबारे जाना। चल अंदर बनाई पई है जी, चक लो। 15 दिन वाली तुहाडी सिर्फ गप ही आ, एने दिन तो तुहाडा भी किथे जी लगना साडे बिना। ओ भी हैगी आ, बस आ ना बैठ दा, ए कर। चल पहला तैनूं पानी लैके देवा। नहीं नहीं तुसी करो काम, मैं आपे कर लांगी। हाँ जी हाँ जी, काम तो इन्हां तो आप नूं कुछ नहीं हुंदा। किरे गर्मी बाली हो गई यार, टाइम ना उठिया कर दे काम। की हाल ने मेसी भाई? ओ बल्ले कमल, होर की हाल तेरा? वधिया वधिया भाई, बस हुणे काल जो आया सीगा। अच्छा, मां बाई नूं मिल के आवां मेसी नूं। होर किवें चली जांदी पढ़ाई पढ़ूई? वधिया वी वधिया। चल वधिया, पढ़ा पढ़ के नौकरी नौकरी किते लग जाएगा। हाँ जी भाई, तेरी माँ ने तो बहुत दुख वेखे, तेनूं पता ही है। इह तां हैगा भाई। हाँ, तेरे घर दा सुधार हो जूगा। हाँ भाई, बस करी जांदे मेहनत भाई। चलो वधिया भाई, इक गल होर करनी थोड़े नाल। मैं ओह घर जिन्नियां मर्जी गल्लां करन नूं बैठे आपां। पता की आ भाई, मेरे नाल इक कालेज च कुड़ी पढ़दी है यार। अच्छा, ते जदों उहनूं पहली वार देखिया ना, बस मैं देखदा ही रह गया। बहुत चंगी आ, हुण तां मेरी दोस्त भी आ, उह चंगे सुभाअ दी आ, सोहणी बहुत आ यार। बस मेरी हिम्मत जी नहीं पैंदी वी किवें इजहार करां उहनूं। ओह तूं इदां कर, हां वड्डा आ दिल करके ना उहनूं गल कह दे, नहीं तो बाद च सारी उम्र पछतावता रहेगा जो किसी होर दी होगी। भाई गल तो यह है यार, कह तो देव, डर मैनू इस गल का। एक तो मैं सोहनी बहुत हो, मैं तो अगर कुछ भी नहीं है, तो दूजा बहुत तकड़े करूँ यार, भी मैं हाँ करूँ जा ना करूँ, यह डर जहा लगे रहा। वो कंबलिया जे तेनू भी प्यार करती हुई ना, उन्हें तेरे रंग ले नहीं देखना, तो ना तेरा घर बार। बस हिम्मत जी करके कह दे यार। भाई गया तो बहुत बारी मैं, पर यार जो जाना ना मैं तो बोल ही नहीं जाता, कमल लग जाना। बहुत बारी सोच के गया गा भी, चल अज कह कुछ उन्होंने मैं। वो तू ना हिम्मत जी करके एक बार अपने दिल की गल कह दे, वड्डी गल हाँ कर दूगी जा ना कर दूगी। भाई ए ना बोल यार, ना तो रौला ही आ। अच्छा, कहते वो ना ना कर दे यार, जो मैं कहा कि दोस्ती तो भी जावा। अच्छा, मैं तो इस गलू डरदा, पर कोई गल नहीं, जो मैं लग्या भी वही मैं चाहती है तो मैं पक्का इजहार करूँगा। कोई गल नहीं, चल ठीक है, मैनू भी घरों फोन आ रहा। ठीक है भाई। जस्सी? हाँ जी भाभी। मैं कहते सी आंदे हुए ना सूट चक ले मेरा। ओहो भाभी, मैं कल भी याद सी, पर काली काली च मैं भुल गई। मैनू पता, कल भी भुल गई। हाँ, अज नहीं भुलदी, टेंशन ना लो। मैं कहती सी पा के देख लूंगी किवें फिटिंग वगैरह, तैनूं पता हूं थोड़ी मोटी हो गई, मेरे कपड़े पहला लिया नहीं रहे। ए तुसी रहण दो, भावें तुसी मोटे हो गए हो, सोहणे पता किन्ने लगदे हो, तुहाडा कल्ला कल्ला सूट पता किन्ना सोहणा है, मैनू भी लैके दिओ दो चार। ओ कोई गल नहीं, आ हुण मैं पेके जाऊंगी ना, उत्थों लिया दूं तैनूं। तुहानूं तां पेके जाण दा चाह चढ़िया पिया। कोई नहीं भाभी, टेंशन ना लो, अज मैं पक्का ले आऊंगी, हुण मैं जांदी आ, लेट हो जाना। ओ चल ठीक है, मैं कहनी आ परौंठे खाजा बना के रखे पए ने। नहीं नहीं, मैं जांदी आ, मैं लेट हो गई। तेनू ना बाली कंटीन च खान की आदत पैगी, मेरी गल सुन ला, मोटी हो जाएगी कंटीन का खा खा के, किसी मुंडे ने पसंद नहीं करना तेनू। ओ मुंडे दी मैनू टेंशन नहीं है, तुसी आपे ही लभ ही लोगे, हुण मैनू जा लैन दो, मैं लेट हो रही हां। ए वी कुड़ी ना गल च गल नहीं आउन दिंदी, सारा दिन भज्जू भज्जू करती रहिंदी है। कमल, अज लगता कुछ ज्यादा ही काली है, या मेरे ना किसी गल दी नाराजगी है? नहीं नहीं जसी, तेरे नाल कादी नाराजगी होनी है? फिर तू मेनू मिले भी नहीं जा रहा, तेनू पता है ना अज लास्ट एग्जाम सी। ओ मेनू पता, ओ पता की आ, ओ बस ना लंघ जाए मेरी, फिर ना घंटे बाद आउंदी हैगी। बस दी क्यों टेंशन लेना है, मैं तेनू स्कूटी ते छड़ देनी आ, आ जा। नहीं नहीं चल, मैं चला जाऊं, कोई गल नहीं। क्यों क्यों इन्ना संगदा पिया, आ जा चल, तू बैठ, मैं तेनू छड़ दांगी। जे छड़ के आउणा ना तो साडे पिंड दा ना माहौल जा थोड़ा जा हैं, लोग गल्लां जी बना लेंगे, मैं चला लाना स्कूटरी। उधारा मंगे
ਹੁਣ ਸਾਗਰ ਵੀ ਉਧਾਰਾ ਮੰਗੇ ਅੱਖ ਦਾ ਪਾਣੀ ਸਾਰਾ ਮੰਗੇ ਇਕੱਲੇ ਦਾ ਵੀ ਚਿੱਤ ਨਹੀਂ ਲੱਗਦਾ ਸੂਰਜ ਵੀ ਇੱਕ ਤਾਰਾ ਮੰਗੇ ਥੋੜ੍ਹਾ ਥੋੜ੍ਹਾ ਸਾਰੇ ਚਾਹਵਣ ਕੋਈ ਮੈਨੂੰ ਸਾਰਾ ਮੰਗੇ ਕੋਈ ਮੈਨੂੰ ਸਾਰਾ ਮੰਗੇ ਕਿੰਨਾ ਡੂੰਘਾ ਲਿਖਦਾ ਚੱਲ ਮੈਂ ਚਲਾਉਣਾ ਸਕੂਟਰੀ ਆ ਫੜ ਲਓ ਤੁਸੀਂ ਜੱਸੀ ਇਹ ਆ ਮੇਰਾ ਘਰ ਮੈਂ ਤਾਂ ਯਾਰ ਟੈਨਸ਼ਨ ਜਿਹੀ ਲੱਗੀ ਹੋਈ ਸੀ ਪਤਾ ਨਹੀਂ ਵੀ ਤੈਨੂੰ ਕਿਵੇਂ ਜਿਹਾ ਲੱਗੂਗਾ ਆ ਕੱਚਾ ਵਿਹੜਾ ਬਾਲਾ ਹੀ ਛੱਤ ਤੂੰ ਇਹ ਦੇਖ ਤਾਂ ਸਹੀ ਕਿੰਨੀ ਸ਼ਾਂਤੀ ਹੈ ਕਿੰਨਾ ਸਕੂਨ ਹੈ ਉਰੇ ਤੇ ਮੈਂ ਕੁਰਸੀ ਲਾਉਣਾ ਜੱਸੀ ਤੂੰ ਇੱਥੇ ਬੈਠ ਕੇ ਸਾਰੀਆਂ ਕਵਿਤਾਵਾਂ ਲਿਖਦਾ ਹੁਣ ਸਮਝ ਆਇਆ ਤੇਰੀ ਕਵਿਤਾਵਾਂ ਦਾ ਰਾਜ਼ ਨਾਲੇ ਤੂੰ ਬੈਠ ਕੇ ਕੁਰਸੀਆਂ ਵਾਲੀ ਫਾਰਮੈਲਿਟੀ 'ਚ ਪੈ ਗਿਆ ਮੰਜੇ 'ਤੇ ਹੀ ਬੈਠਦੇ ਹਾਂ ਮੰਮੀ ਕਿੱਥੇ ਹੈ ਉਹ ਯਾਰ ਮੰਮੀ ਨਾ ਗਵਾਂਢੀਆਂ ਦੀ ਗਈ ਹੋਣੀ ਆ ਅੱਛਾ ਤੇ ਲੱਗਦਾ ਆ ਗਏ ਮੰਮੀ ਵੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਤ ਆ ਕੁੜੀ ਮੈਂ ਤਾਂ ਪਛਾਣੀ ਨਹੀਂ ਬੇਬੇ ਇਹ ਉਹੀ ਜੱਸੀ ਆ ਮੇਰਾ ਕਾਲਜ ਪੜ੍ਹਦੀ ਹੈ ਜਿਹੜੀ ਜਿਹਦੇ ਬਾਰੇ ਮੈਂ ਤੇਰੇ ਕੋਲ ਗੱਲਾਂ ਕਰਦਾ ਹੁੰਦਾ ਸੀ ਅੱਛਾ ਬਹੁਤ ਸਿਆਣੀ ਹੈਗੀ ਬਹੁਤ ਖਿਆਲ ਰੱਖਦੀ ਹੈ ਮੇਰਾ ਜੇ ਕਦੇ ਕੋਈ ਕਾਪੀ ਕਿਤਾਬ ਦੀ ਕਿਸੇ ਚੀਜ਼ ਦੀ ਵੀ ਲੋੜ ਹੁੰਦੀ ਹੈ ਨਾ ਮੇਰੀ ਮਦਦ ਉਹਦੀ ਕਰ ਦਿੰਦੀ ਹੈ ਇਹ ਹਾਂ ਚੱਲ ਬੈਠੋ ਬੇਬੇ ਹਾਂਜੀ ਬੇਬੇ ਤੁਸੀਂ ਦੋਵੇਂ ਕਰੋ ਗੱਲਾਂ ਬਾਤਾਂ ਮੈਂ ਆ ਗਿਆ ਬਸ ਕਿੱਥੇ ਜਾ ਰਹੇ ਹੋ ਆ ਗਿਆ ਬਸ ਮੈਂ ਥੋੜਾ ਜਿਹਾ ਹੋਰ ਦੱਸੋ ਬੇਬੇ ਤੁਸੀਂ ਕੀ ਕਰ ਰਹੇ ਸੀ ਪੁੱਤਾਂ ਘਰ 'ਤੇ ਕੰਮ ਧੰਦਾ ਕਰੀ ਜਾਂਦੀ ਗੀ ਸਾਰੀ ਦਿਹਾੜੀ ਕੰਮ ਕਰਦੇ ਲੰਘ ਜਾਂਦੀ ਆ ਗੋਡੇ ਦੁਖਦੇ ਨੇਗੇ ਲੱਤਾਂ ਦੁਖਦੇ ਫਿਰ ਥੱਕ ਜਾਂਦੀ ਹੈਗੀ ਤੁਹਾਡੀ ਵੀ ਹੁਣ ਉਮਰ ਹੋ ਗਈ ਹੈ ਹੁਣ ਤੁਹਾਨੂੰ ਤੁਸੀਂ ਨਾ ਆਰਾਮ ਕਰੋ ਤੁਹਾਡੀ ਹੁਣ ਉਮਰ ਆਰਾਮ ਕਰਨ ਦੀ ਹੈ ਤੁਸੀਂ ਤਾਂ ਆਪਣੇ ਮੁੰਡੇ ਨੂੰ ਵਿਆਹੋ ਕੋਈ ਨੂੰਹ ਲੈ ਕੇ ਆਓ ਪੁੱਤਾਂ ਨੂੰਹ ਤਾਂ ਲਿਆਉਂਗੀ ਜੇ ਹਾਂ ਕਰੂਗਾ ਕਿਉਂ ਇਹ ਕਿਉਂ ਨਹੀਂ ਹਾਂ ਕਰਦੇ ਤੁਸੀਂ ਕੋਈ ਵਧੀਆ ਜਿਹੀ ਨੂੰਹ ਲੱਭੋ ਨਾ ਜਿਹੜੀ ਤੁਹਾਨੂੰ ਸੰਭਾਲੇ ਤੁਹਾਡੇ ਪੁੱਤ ਨੂੰ ਸੰਭਾਲੇ ਅਤੇ ਇਸ ਘਰ ਨੂੰ ਸੰਭਾਲੇ ਪੁੱਤ ਮੈਨੂੰ ਤੇਰੇ ਵਰਗੀ ਨੂੰਹ ਚਾਹੀਦੀ ਹੈ ਕੋਈ ਨਹੀਂ ਤੁਹਾਨੂੰ ਤਾਂ ਮੇਰੇ ਤੋਂ ਵੀ ਵਧੀਆ ਨੂੰਹ ਮਿਲੂਗੀ ਅੱਛਾ ਚੱਲ ਕੋਈ ਨਹੀਂ ਪੁੱਤ ਇਹ ਸੰਯੋਗ ਅੱਜ ਸਾਰੇ ਹੈ ਇਹ ਤਾਂ ਹੈ ਜਿੱਥੇ ਸੰਯੋਗ ਲਿਖੇ ਹੋਣਗੇ ਕਿਉਂ ਬੇਬੇ ਕਰ ਲਈਆਂ ਗੱਲਾਂ ਬਾਤਾਂ ਹਾਂ ਪੁੱਤ ਕਰ ਲਈਆਂ ਗੱਲਾਂ ਉਹ ਗੱਲਾਂ ਗੱਲਾਂ 'ਚ ਮੈਂ ਤਾਂ ਕੁੜੀ ਦਾ ਚਾਹ ਦਾ ਮਿੰਨੋ ਲਿੱਤਾ ਗਿਆ ਕੋਈ ਚੰਗਾ ਮੈਂ ਚਾਹ ਲਿਆਉਂਦੀ ਪੁੱਤ ਕਰ ਬਣਾ ਲਾ ਬੇਬੇ ਚੱਲ ਰਹਿਣ ਦਿੰਦੇ ਚਾਹ ਨਾ ਨਾ ਕਰੇ ਆਜੋਗੇ ਜੱਸੀ ਕਿਵੇਂ ਲੱਗਿਆ ਬੇਬੇ ਦਾ ਸੁਭਾਅ ਬਿਲਕੁਲ ਤੇਰੇ ਵਰਗਾ ਕਿੰਨੇ ਸ਼ਾਂਤ ਸੁਭਾਅ ਦੇ ਨੇ ਤਾਂ ਹੀ ਕਹਿੰਦੇ ਆ ਘਰੇ ਬਜ਼ੁਰਗਾਂ ਦਾ ਹੱਥ ਹੋਣਾ ਬਹੁਤ ਜ਼ਰੂਰੀ ਹੈ ਦੇਖ ਦੱਸੀ ਬਚਪਨ ਦੇ ਵਿੱਚ ਬਾਪੂ ਗੁਜ਼ਰ ਗਿਆ ਸੀ ਅਤੇ ਸਾਰੀ ਕਬੀਲਦਾਰੀ ਬੇਬੇ ਸਿਰ ਆ ਗਈ ਵਿਚਾਰੀ ਨੇ ਤੰਗੀਆਂ ਤੁਰਸੀਆਂ ਹੋਣ ਦੇ ਬਾਵਜੂਦ ਦਿਹਾੜੀਆਂ ਦੱਪੇ ਕਰਕੇ ਮੈਨੂੰ ਪੜ੍ਹਾਇਆ ਲਿਖਾਇਆ ਇੱਥੋਂ ਤੱਕ ਲੈ ਕੇ ਆਈ ਹੁਣ ਮੈਂ ਸੋਚਦਾ ਵੀ ਵਧੀਆ ਹੀ ਨੌਕਰੀ ਮਿਲ ਜੇ ਬੇਬੇ ਨੂੰ ਸੁੱਖ ਦੇਵਾਂ ਅਤੇ ਉਹ ਸਾਰੇ ਸ਼ੌਂਕ ਪੂਰੇ ਕਰਾਂ ਜੋ ਬੇਬੇ ਨੇ ਮਾਰ ਲਏ ਅੰਦਰ ਬਸ ਹੁਣ ਮੇਰੇ ਤਾਂ ਇਹੀ ਸੁਪਨਾ ਆ ਤੇਰੇ ਸਾਰੇ ਸੁਪਨੇ ਪੂਰੇ ਹੋਣਗੇ ਹੁਣ ਮੈਨੂੰ ਸਮਝ ਆਈ ਤੇਰਾ ਸੁਭਾਅ ਇੰਨਾ ਸ਼ਾਂਤ ਕਿਉਂ ਹੈ ਕਿਉਂਕਿ ਤੂੰ ਆਪਣੇ ਅੰਦਰ ਬਹੁਤ ਕੁਛ ਦਬਾ ਰੱਖਿਆ ਬਾਕੀ ਤੂੰ ਟੈਨਸ਼ਨ ਨਾ ਲੈ ਤੂੰ ਆਪਣੇ ਵੀ ਅਤੇ ਬੇਬੇ ਦੇ ਵੀ ਸੁਪਨੇ ਪੂਰੇ ਕਰੇਗਾ ਮੈਨੂੰ ਪੂਰਾ ਯਕੀਨ ਹੈ ਤੇਰੇ 'ਤੇ ਆਹ ਤੂੰ ਕੀ ਲੈ ਕੇ ਆਇਆ ਕਿੱਥੇ ਚਲਾ ਗਿਆ ਸੀ ਇਹ ਤਾਂ ਜੱਸੀ ਉਹ ਚੀਜ਼ ਆ ਜਿਹਨੂੰ ਸੁਣ ਕੇ ਤੂੰ ਖੁਸ਼ ਹੋ ਜਾਏਗੀ ਅੱਛਾ ਅਤੇ ਫਿਰ ਇੰਨਾ ਟਾਈਮ ਕਿਉਂ ਲਾ ਰਿਹਾ ਸੁਣਾ ਫਿਰ ਜਲਦੀ ਜਲਦੀ ਧੰਨਵਾਦ ਦੋਸਤ ਘਰ ਆਉਣ ਲਈ ਤੈਨੂੰ ਨਹੀਂ ਪਤਾ ਮੈਂ ਕਿੰਨਾ ਖੁਸ਼ ਹਾਂ ਕਿੰਨਾ ਚੰਗਾ ਲੱਗਿਆ ਤੇਰਾ ਘਰ ਨੂੰ ਹੈਰਾਨੀ ਨਾਲ ਨਾ ਤੱਕਣਾ ਬਾਲਿਆਂ ਦੀ ਪੁਰਾਣੀ ਛੱਤ ਤੇਰੇ ਦਿਲ 'ਤੇ ਬੋਝ ਨਾ ਬਣੀ ਮੈਂ ਬਹੁਤੀ ਮਹਿਮਾਨ ਨਵਾਜ਼ੀ ਤਾਂ ਨਹੀਂ ਕਰ ਸਕਿਆ ਪਰ ਜੋ ਕੀਤਾ ਦਿਲ ਤੋਂ ਕੀਤਾ ਤੇਰੀ ਚਿਹਰੇ ਦੀ ਖੁਸ਼ੀ ਨੇ ਸਾਬਤ ਕੀਤਾ ਕਿ ਦੋਸਤ ਮਹਿਮਾਨ ਨਹੀਂ ਹੁੰਦੇ ਦਿਲ ਵੱਡੇ ਹੁੰਦੇ ਨੇ ਜਜ਼ਬਾਤ ਵੱਡੇ ਹੁੰਦੇ ਨੇ ਰਿਸ਼ਤੇ ਵੱਡੇ ਹੁੰਦੇ ਨੇ ਖੁਸ਼ੀ ਵੱਡੀ ਹੁੰਦੀ ਹੈ ਮਕਾਨ ਵੱਡੇ ਨਹੀਂ ਹੁੰਦੇ ਪਿਆਰ ਇਮਾਰਤਾਂ ਤੋਂ ਵੱਡਾ ਹੁੰਦਾ ਹੈ ਤੈਨੂੰ ਨਹੀਂ ਪਤਾ ਮੈਂ ਕਿੰਨਾ ਖੁਸ਼ ਸੀ ਧੰਨਵਾਦ ਦੋਸਤ ਤੇਰਾ ਮੇਰੇ ਘਰ ਆਉਣ ਲਈ ਧੰਨਵਾਦ ਦੋਸਤ ਕਿੰਨਾ ਵਧੀਆ ਲੱਗਿਆ ਮੈਨੂੰ ਤੇਰੇ ਘਰ ਆ ਕੇ ਸਗੋਂ ਚੰਗਾ ਹੀ ਹੋਇਆ ਲਾਸਟ ਐਗਜ਼ਾਮ ਸੀ ਤੇਰਾ ਘਰ ਵੀ ਦੇਖ ਲਿਆ ਮੁੜ ਕੇ ਪਤਾ ਨਹੀਂ ਕਦੋਂ ਮੇਲ ਹੋਣੇ ਕਿ ਨਹੀਂ ਕਮਲ ਕੀ ਸੋਚੀ ਜਾ ਰਹੇ ਹੋ ਮੈਂ ਤਾਂ ਇਹ ਸੋਚ ਰਿਹਾ ਸੀ ਵੀ ਆਪਾਂ ਫਿਰ ਮਿਲਾਂਗੇ ਕਿਉਂ ਨਹੀਂ ਮਿਲਾਂਗੇ ਜ਼ਰੂਰ ਮਿਲਾਂਗੇ ਜਦੋਂ ਤੂੰ ਯਾਦ ਕਰੇਗਾ ਉਦੋਂ ਮਿਲ ਲਾਂਗੇ ਦੇਖ ਦੱਸੀ ਯਾਦ ਤਾਂ ਉਹਨਾਂ ਨੂੰ ਕਿਤੇ ਨਾ ਹੁੰਦਾ ਜਿਨ੍ਹਾਂ ਨੂੰ ਭੁੱਲਣਾ ਹੋਵੇ ਜਾਂ ਭੁੱਲੇ ਹੋਈਏ ਪਰ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਚਾਹੁੰਦਾ ਦੇਖ ਮੈਨੂੰ ਗਲਤ ਨਾ ਸਮਝੀ ਮੈਂ ਤਾਂ ਕੁਝ ਵੀ ਲੁਕਾਉਣਾ ਨਹੀਂ ਚਾਹੁੰਦਾ ਦੇਖ
ਜਦੋਂ ਮੈਂ ਤੈਨੂੰ ਦੇਖਿਆ ਤਾਂ ਤੇਰੇ ਨਾਲ ਦੋਸਤੀ ਦੇ ਵਿੱਚੋਂ ਵੀ ਮੈਂ ਮਹਿਸੂਸ ਕੀਤਾ ਕਿ ਯਾਰ ਤੇਰੇ ਨਾਲ ਲਗਾਵ ਹੋ ਰਿਹਾ, ਪਰ ਮੈਂ ਹਮੇਸ਼ਾ ਡਰਦਾ ਰਿਹਾ। ਮੈਂ ਤਾਂ ਇਹੀ ਸੋਚੀ ਗਿਆ ਕਿ ਆਪਣਾ ਕਿੰਨਾ ਜ਼ਮੀਨ ਅਸਮਾਨ ਦਾ ਫਰਕ ਹੈ, ਤੂੰ ਕਿੱਥੇ ਅਤੇ ਮੈਂ ਕਿੱਥੇ। ਦੇਖ ਮੈਂ ਤੇਰੇ ਤੋਂ ਕੁਝ ਵੀ ਲੁਕਾ ਕੇ ਨਹੀਂ ਰੱਖਣਾ ਚਾਹੁੰਦਾ, ਅੱਜ ਤੂੰ ਮੇਰਾ ਘਰ ਵੀ ਦੇਖ ਲਿਆ। ਸੱਚੀ ਮੈਂ ਪਤਾ ਹੀ ਨਹੀਂ ਕਿੰਨੀਆਂ ਕਵਿਤਾਵਾਂ ਤੈਨੂੰ ਚੇਤੇ ਕਰਕੇ ਲਿਖ ਲਈਆਂ, ਪਰ ਮੈਂ ਤੈਨੂੰ ਬਹੁਤ ਪਸੰਦ ਕਰਦਾ। ਪਸੰਦ ਤਾਂ ਤੈਨੂੰ ਮੈਂ ਵੀ ਕਰਦੀ ਹਾਂ, ਪਰ ਕਿਤੇ ਨਾ ਕਿਤੇ ਮੈਨੂੰ ਪਤਾ ਵੀ ਸੀ ਉਹ ਕਵਿਤਾਵਾਂ ਮੇਰੇ ਲਈ ਹੀ ਨੇ। ਬਸ ਮੈਂ ਤਾਂ ਉਡੀਕ ਰਹੀ ਸੀ ਤੂੰ ਕਦੋਂ ਆਪਣੀ ਦਿਲ ਦੀ ਗੱਲ ਕਰੇਗਾ। ਪਰ ਮੈਨੂੰ ਇੱਕ ਗੱਲ ਦੱਸ, ਤੂੰ ਇੰਨੀ ਦੇਰ ਕਿਉਂ ਲਾਤੀ ਆਪਣੀ ਦਿਲ ਦੀ ਗੱਲ ਦੱਸਣ ਲਈ? ਭਾਬੀ ਦਿਖਦੇ ਨਹੀਂ ਪਏ, ਇੱਧਰ ਕਮਰੇ 'ਚ ਆ ਮੈਂ। ਅੱਛਾ, ਤੁਹਾਨੂੰ ਮੈਂ ਰਸੋਈ 'ਚ ਦੇਖੀ ਜਾ ਰਹੀ ਸੀ। ਨਾ, ਹੁਣ ਸਾਰੀ ਦਿਹਾੜੀ ਮੈਂ ਰਸੋਈ 'ਚ ਹੀ ਬੈਠੀ ਰਹੂੰਗੀ। ਓਹੋ, ਅੱਛਾ ਆਹ ਦੇਖੋ ਤੁਹਾਡਾ ਸੂਟ ਤਿਆਰ ਹੈ। ਚੱਲ ਸ਼ੁਕਰ ਹੈ, ਲੈ ਆਈ ਤੂੰ ਮੇਰਾ ਸੂਟ। ਮੈਨੂੰ ਤਾਂ ਲੱਗਦਾ ਸੀ ਵੀ ਅੱਜ ਵੀ ਤੂੰ ਭੁੱਲ ਜਾਏਂਗੀ। ਸੂਟ ਸਾਈਡ 'ਤੇ ਕਿਉਂ ਰੱਖਤਾ? ਪਾ ਕੇ ਤਾਂ ਦਿਖਾਓ ਕਿੱਦਾਂ ਦੇ ਲੱਗਦੇ ਹੋ ਤੁਸੀਂ। ਇੱਕ ਗੱਲ ਕਹਾਂ, ਮੈਂ ਸ਼ੁਰੂ ਤੋਂ ਨਾ ਉਹ ਤੋਂ ਹੀ ਕੱਪੜੇ ਸਵਾਉਂਦੀ ਹਾਂ, ਅਤੇ ਉਹਦੀ ਫਿਟਿੰਗ ਮੈਨੂੰ ਪਾ ਕੇ ਦੇਖਣ ਦੀ ਲੋੜ ਨਹੀਂ ਪੈਂਦੀ। ਵੈਸੇ ਵੀ ਨਾ ਕੱਲ੍ਹ ਨੂੰ ਸਵੇਰੇ ਨਹਾ ਧੋ ਕੇ ਫਿਰ ਪਾ ਕੇ ਦੇਖੂੰਗੀ ਜੀ। ਓਹੋ, ਭਾਬੀ ਇੱਕ ਗੱਲ ਪੁੱਛਾਂ? ਹਾਂ ਹਾਂ, ਪੁੱਛ। ਕੀ ਪੁੱਛਣਾ? ਇਹ ਕੱਪੜੇ ਗਹਿਣੇ ਤਾਂ ਸਭ ਬਾਹਰ ਦੀ ਖੂਬਸੂਰਤੀ ਲਈ ਹੁੰਦੇ ਹੈ, ਕਿ ਬਾਹਰ ਦੀ ਖੂਬਸੂਰਤੀ ਮੈਟਰ ਕਰਦੀ ਹੈ? ਤੇਰੇ ਕਹਿਣ ਦਾ ਕੀ ਮਤਲਬ ਹੈ? ਤੂੰ ਪੁੱਛਣਾ ਕੀ ਚਾਹੁੰਦੀ ਹੈ ਮੈਨੂੰ? ਸਿੱਧਾ ਸਿੱਧਾ ਪੁੱਛ। ਮੈਂ ਪੁੱਛਣਾ ਚਾਹੁੰਦੀ ਹਾਂ, ਸੂਰਤ ਜ਼ਿਆਦਾ ਮਾਇਨੇ ਰੱਖਦਾ ਹੈ ਜਾਂ ਸੀਰਤ? ਜੇ ਆਪਾਂ ਸੂਰਤ ਅਤੇ ਸਿਰ 'ਚ ਦੇਖੀਏ ਆਪਾਂ ਫਰਕ, ਤਾਂ ਸੀਰਤ ਮਾਇਨੇ ਰੱਖਦੀ ਆ, ਕਿਉਂਕਿ ਸੂਰਤ ਦਾ ਕੀ ਆ, ਇਹ ਤਾਂ ਨਾ ਟਾਈਮ ਨਾਲ ਢਲ ਜਾਂਦੀ ਆ, ਪਰ ਸੀਰਤ ਆ ਨਾ ਬੰਦੇ ਦੀ, ਉਹ ਕਦੇ ਨਹੀਂ ਬਦਲਦੀ। ਜਿਵੇਂ ਦਾ ਉਹ ਹੋਊਗਾ ਨਾ, ਉਹ ਉਵੇਂ ਦਾ ਹੀ ਰਹਿੰਦਾ। ਵੈਸੇ ਜੇ ਇੱਕ ਗੱਲ ਕਹਾਂ, ਅੱਜ ਮੇਰੀ ਨਣਦ ਇਹੋ ਜਿਹੇ ਸਵਾਲ ਕਿਉਂ ਪੁੱਛ ਰਹੀ ਆ ਮੇਰੇ ਤੋਂ? ਕੋਈ ਗੱਲ ਹੈ? ਨਹੀਂ ਨਹੀਂ ਭਾਬੀ, ਗੱਲ ਨਹੀਂ ਹੈ, ਬਸ ਮੈਂ ਜਾਣਨਾ ਚਾਹੁੰਦੀ ਸੀ ਤੁਹਾਡੀ ਸੋਚ ਕਿੱਦਾਂ ਦੀ ਹੈ। ਨਹੀਂ ਨਹੀਂ, ਜੇ ਕੋਈ ਗੱਲ ਹੈਗੀ ਆ ਤਾਂ ਤੂੰ ਮੈਨੂੰ ਦੱਸ ਸਕਦੀ ਆ। ਜੇ ਕੱਲ੍ਹ ਕਲਾ ਨੂੰ ਤੇਰੇ ਵਾਸਤੇ ਰਿਸ਼ਤਾ ਵਗੈਰਾ ਦੇਖਣਾ ਹੋਇਆ ਜਾਂ ਗੱਲ ਚਲਾਉਣੀ ਹੋਈ ਅੱਗੇ, ਤੇਰੀ ਭਾਬੀ ਕੰਮ ਹੋਊ ਤੇਰੇ? ਮੈਨੂੰ ਪਤਾ ਭਾਬੀ, ਕਹਿਣ ਨੂੰ ਮੈਂ ਤੁਹਾਨੂੰ ਭਾਬੀ ਕਹਿੰਦੀ ਹਾਂ, ਹੈ ਤਾਂ ਤੁਸੀਂ ਮੇਰੇ ਭੈਣਾਂ ਵਰਗੇ ਹੀ ਹੋ। ਭੈਣ ਛੱਡੋ, ਮੈਂ ਤਾਂ ਤੁਹਾਨੂੰ ਆਪਣੀ ਸਹੇਲੀ ਮੰਨਦੀ ਹਾਂ। ਫਿਰ ਦੱਸ ਦੇਣਾ ਅੜੀਏ, ਕੀ ਗੱਲ ਆ? ਕੀ ਗੱਲ, ਕੋਈ ਮੁੰਡਾ ਵਗੈਰਾ? ਮੇਰੇ ਕਾਲਜ 'ਚ ਇੱਕ ਮੁੰਡਾ ਹੈ, ਸੱਚੀ ਭਾਬੀ ਬਹੁਤ ਸਿਆਣਾ ਹੈ, ਇੰਟੈਲੀਜੈਂਟ ਵੀ ਹੈ, ਮਿਹਨਤੀ ਵੀ ਹੈ, ਹਮੇਸ਼ਾ ਕਲਾਸ 'ਚ ਫਸਟ ਆਉਂਦਾ ਹੈ। ਤੁਸੀਂ ਤੋਂ ਕਿਸੇ ਵੀ ਮਸਲੇ ਦਾ ਹੱਲ ਪੁੱਛ ਲਓ ਨਾ, ਇੰਨੇ ਸਿਆਣਪ ਤਰੀਕੇ ਨਾਲ ਬਹੁਤ ਸਿੰਪਲੀ ਉਹਦਾ ਆਨਸਰ ਦੇ ਦਿੰਦਾ ਹੈ। ਮਤਲਬ ਮੈਂ ਕੀ ਦੱਸਾਂ, ਉਹਦੀ ਜਿੰਨੀ ਸਿਫਤ ਕਰਾਂ ਘੱਟ ਹੈ, ਬਸ ਉਹ ਥੋੜ੍ਹਾ ਰੰਗ ਦਾ ਪੱਕਾ ਹੈ। ਰੰਗ ਦਾ ਪੱਕਾ? ਤੇਰੇ ਨਾਲ ਖੜਾ ਜੱਚਦਾ ਵੀ ਆ। ਆ ਦੇਖ ਲਓ, ਹੁਣ ਤੁਸੀਂ ਵੀ ਉਹੀ ਸੋਚਣ ਲੱਗ ਗਏ ਨਾ, ਹੁਣ ਤਾਂ ਤੁਸੀਂ ਮੈਨੂੰ ਇੰਨਾ ਸੋਹਣਾ ਲੈਕਚਰ ਦੇ ਕੇ ਹਟੇ, ਸੀਰਤ ਜ਼ਿਆਦਾ ਮਾਇਨੇ ਰੱਖਦੀ ਹੈ। ਨਹੀਂ ਨਹੀਂ, ਮੇਰੇ ਕਹਿਣ ਦਾ ਮਤਲਬ ਉਹ ਨਹੀਂ ਸੀ, ਮੈਂ ਤਾਂ ਵੈਸੇ ਹੀ ਪੁੱਛ ਲਿਆ ਵੀ ਜੱਚਦਾ ਤਾਂ ਹੈਗੀ ਆ ਤੇਰੇ ਨਾਲ, ਕਿਉਂ ਅੱਗੇ ਤੈਨੇ ਸਾਰੀ ਉਮਰ ਕੱਟਣੀ ਹੈ। ਤੂੰ ਦੱਸ, ਤੈਨੂੰ ਪਸੰਦ ਆ ਉਹ? ਮੈਨੂੰ ਸੱਚੀ ਉਹ ਵੀ ਪਸੰਦ ਹੈ, ਉਹਦੇ ਇਕੱਲਾ ਇਕੱਲਾ ਗੁਣ ਵੀ ਪਸੰਦ ਹੈ, ਇਸੇ ਕਰਕੇ ਮੈਂ ਸੋਚਿਆ ਕਿ ਮੈਂ ਆਪਣੀ ਜ਼ਿੰਦਗੀ ਉਹਦੇ ਨਾਲ ਗੁਜ਼ਾਰ ਸਕਦੀ ਹਾਂ। ਅੱਛਾ, ਐਡੀ ਵੱਡੀ ਹੋ ਗਈ ਹੁਣ ਤੂੰ ਵੀ ਜ਼ਿੰਦਗੀ ਗੁਜ਼ਾਰਨ ਦੀਆਂ ਗੱਲਾਂ? ਭਾਬੀ ਪਲੀਜ਼, ਤੁਸੀਂ ਪਲੀਜ਼ ਵੀਰਾਂ ਨੂੰ ਮਨਾਓ ਨਾ। ਕੋਈ ਗੱਲ ਨਹੀਂ, ਤੇਰੇ ਵੀਰ ਨਾਲ ਮੈਂ ਗੱਲ ਕਰਕੇ ਦੇਖੂੰਗੀ, ਮੈਨੂੰ ਪਤਾ ਤੇਰਾ ਵੀਰਾ ਨਾ ਮੇਰੀ ਗੱਲ ਤਾਂ ਮੰਨ ਨਹੀਂ ਲਊਗਾ। ਔਰ ਮੁੰਡੇ ਵੱਲੋਂ ਮੈਂ ਤੁਹਾਨੂੰ ਗਰੰਟੀ ਦਿੰਦੀ ਹਾਂ, ਉਹ ਸੱਚੀ ਬਹੁਤ ਸਿਆਣਾ, ਉਹਦੇ ਵੱਲੋਂ ਕਦੇ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੂਗਾ। ਚੱਲ ਤੇਰੇ ਵੀਰ ਨਾਲ ਮੈਂ ਗੱਲ ਕਰ ਲਾਂ, ਫਿਰ ਤੇਰੇ ਵੀਰੇ ਨੂੰ ਕਹਿ ਕੇ ਨਾ ਉਹਨੂੰ ਆਪਾਂ ਮਿਲਣ ਨੂੰ ਬੁਲਾ ਲਾਂਗੇ, ਫਿਰ ਦੇਖਦੇ ਅੱਗੇ ਕੀ ਬਣਦਾ ਕੀ ਨਹੀਂ। ਫਿਰ ਇੱਕ ਸੂਟ ਮੇਰੇ ਵੱਲੋਂ ਵੀ ਤੁਹਾਨੂੰ ਪੱਕਾ। ਇੱਕ ਸੂਟ ਨਹੀਂ, ਫਿਰ ਤਾਂ ਪੂਰੇ 11 ਸੂਟ ਲਊਂ ਮੈਂ ਤੇਰੇ ਤੋਂ। ਠੀਕ ਹੈ, ਡੀਲ ਡਨ। ਚੱਲ ਤੁਸੀਂ ਜਦੋਂ ਦੇ ਆਏ ਹੋ ਨਾ, ਆਹ ਫੋਨ 'ਚ ਲੱਗੀ ਪਿਓ, ਆਹ ਦੋ ਘੜੀ ਨੂੰ ਰੱਖ ਵੀ ਦਿਆ ਕਰੋ ਸਾਈਡ 'ਤੇ, ਫਿਰ ਬੰਦੇ ਨੇ ਕੋਈ ਗੱਲ ਕਰਨੀ ਹੁੰਦੀ ਆ। ਰੱਖਤਾ, ਦੱਸ ਕੀ ਗੱਲ ਕਰਨੀ ਹੈ ਜੀ? ਮੈਂ ਆਪਣੀ ਜੱਸ ਬਾਰੇ ਗੱਲ ਕਰਨੀ ਸੀ। ਜੱਸ ਬਾਰੇ? ਜੱਸ ਬਾਰੇ ਕੀ ਗੱਲ ਕਰਨੀ ਹੈ ਤੈਂ? ਰੱਖੋ ਤਾਂ ਸੀ ਫੋਨ, ਧਿਆਨ ਨਾਲ ਸੁਣੋ। ਅੱਜ ਨਾ ਜਦੋਂ ਉਹ ਕਾਲਜ ਤੋਂ ਆਈ, ਮੈਨੂੰ ਕਹਿੰਦੀ ਭਾਬੀ ਮੈਂ ਤੈਥੋਂ ਇੱਕ ਗੱਲ ਪੁੱਛਣੀ ਆ, ਵੀ ਬੰਦੇ 'ਚ ਆਪਾਂ ਨੂੰ ਸੀਰਤ ਦੇਖਣੀ ਚਾਹੀਦੀ ਹੈ ਸੂਰਤ? ਮੈਨੂੰ ਲੱਗਿਆ ਉਹਦੇ ਗੱਲਾਂ 'ਚੋਂ ਵੀ ਉਹ ਮੈਨੂੰ ਕੁਛ ਕਹਿਣਾ ਚਾਹੁੰਦੀ ਆ। ਫਿਰ ਮੈਂ ਉਹਨੂੰ ਸਾਫ਼ ਸਾਫ਼ ਪੁੱਛ ਲਿਆ ਵੀ ਦੱਸ ਕੀ ਕਹਿਣਾ ਚਾਹੁੰਦੀ ਆ। ਮੈਨੂੰ ਕਹਿੰਦੀ ਭਾਬੀ ਮੇਰੇ ਨਾਲ ਕਾਲਜ 'ਚ ਨਾ ਕੋਈ ਮੁੰਡਾ ਪੜ੍ਹਦਾ, ਮੈਂ ਉਹਨੂੰ ਪਸੰਦ ਕਰਦੀ ਹਾਂ। ਤੇਰਾ ਦਿਮਾਗ ਠੀਕ ਹੈ? ਪੜ੍ਹਨ ਲਾਇਆ ਹੋਇਆ ਉਹਨੂੰ ਉੱਥੇ, ਬੜੀ ਜਾਂਦੀ ਆ ਬਕਵਾਸ।
मैं की बकवास मार रही हूँ? कुड़ी ने अपने मन की गल मैनू दसी है, उही गल मैं थोड़े नाल करी है। मेरी गल सुन लो जी, एवं ना गुस्सा ना करो, थोनू भी पता अज के टाइम का जमाना बहुत अगे वल चुका। ओ तू छित्तर ना खा ली, समझाना तो की सी, होर सिर चढ़ी जानी है। तुहानू की लगता थोड़ी उच्ची आवाज ना उहदे जज्बात नहीं दबदे? मेरी गल सुनो, कुड़ी सियानी सी जिन्हें अपने नाल गल कर ली, थोनू भी पता अच्छा टाइम की चल रहा। अजकल तो कुड़िया ना जो भज जाए ने उदो ही पता चलता माँ प्यो ने भी आह गल हो गई। माड़ा ना ध्यान सोचो तुम। देख शैली, मैं ऐ समझ नहीं आती भी तो हाँ च हाँ किमें भरती, तो समझा तो की सी उपर वो हक च बोली जानी है। समझते क्यों नहीं पे? मेरी गल सुनो, कुड़ी हूँ जवान हो गई, नाले जे तुसीं उहनूं ऐ उच्ची आवाज़ गल करोगे ना उहने नहीं समझना। यार मान लैना मैं तेरी गल, पर मैनूं गल तां दस, बापू नूं किवें मनाएगी? तैनूं पता ना उहदे ख्याल किन्ने पुराने ने, मैनूं नहीं लगदा उह मनूगा। जे आपां कोशिश करांगे ना बापू नहीं मन जूगा, तुसीं तां मनो ना पहलां। ओ यार इही जी गल पिछे कोशिश भी किवें कर सकदे आ, किन्ने कहिंदा अपनी कुड़ी किसे मुंडे नूं पसंद करदी है। कुड़ी नूं हुण व्याह के तां तोरना ही आपां ने, जे ओहदे पसंद नाल तोड़ दांगे तां भी कोई वड्डी गल नहीं हैगी। मेरी गल मन्नो, माड़ा ना ठंडे मते नाल सोचो, एक वारी मुंडे नूं तुसीं मिल लो, ठीक है? जे कोई कमी पेशी लगी आपां कुड़ी नूं जवाब दिंदे तां हो जांगे भाई सानूं इह गल तों मुंडा पसंद नहीं हैगा। जे आपां सिद्धा मना करांगे ना कुड़ी दे मन च बहुत ज़्यादा ख्याल आणगे, फिर ना क्यों भी कुड़ी ने कोई गलत कदम चक लिया। चल कोई गल नहीं यार, मैं एक वारी मिल के देख लूँगा। जे दस कमली जी जिथे देखती है उत्थे आपकी किताबा ही सुट दें। चल घर सफाई कर। भाभी मैं थोड़ी हेल्प करावा थोड़े काम च ना? मैं ऐ दस ये रिश्वतखोरी कि कर रही है? अगे तो तू काम करती नहीं हैगी, अज बड़ा लिया भाभी तो ना काम करावा। थानू मैं एक गल कही सी वीरे नाल करन नू, तुसी कीती के नहीं? हाँ हाँ करी सीगी, पर तेरा वीरा कहिंदा भी साढ़े घर बार कुड़िया ना आपकी पसंद नाल नहीं विआह करांदियां, जिथे असी कहांगे उत्थी विआह कराऊंगी। पर मैं कहड़ा तुहाड़े तों बागी होके करना सी, तुसी मनांदे तां सही वीरे नू, ओह किन्ना चंगा मुंडा है, मैं किन्ना प्यार करदी आं उहनू। तेरे भाई ने मना करता, हुण मैं इसे कुछ नहीं कर सकदी। अच्छा फिर हुण वीरा तो गुस्सा करदा होना ना? पर एक गल सुन, तेरे भाई मुंडे नूं ना मिलनूं कहिंदा सीगा। कोई नहीं मिल लियो, तुसी दसो ओ उन्हां नूं इत्थे बुलावां कि असीं उधर जावांगे। देख ये तो तेरा बाई दसूगा भी किवें करना किवें नहीं, ठीक है? चल एक बार डैडी नाल गल कर लो, फिर मेरी टेंशन फ्री हो जाएगी। चंगा चंगा तू कर ला आराम, काम तो मैं आप ही कर लूँगी। मैं इन्हों फोन करके दस दी हाँ कि मेरे घर के तुम मिलना चाहते हैं। वीरा तो मैनू बहुत प्यार करता है, पर पता है ना उस ट्रिक्ट किन्ने ने, कितने मनते सी वो तो भाभी ने मनाया। ऐ तो बहुत करते हैं मेरा, तुसी बस तैयारी खिच रखो, थोनू कदे भी मेरे घर दे मिल सकते हैं। अच्छा बाकी गल मैं तुहानू मिल के कर दी हाँ, डैडी आ गए। हाँ जी डैडी की हाल है पुत्तर? वधिया डैडी, तुसी कित्थे सी सारा दिन? पुत्त मैं बहुत जरूरी काम गया सीगा ते अज मैं बहुत खुश हाँ। अच्छा डैडी दसो तुहाडी खुशी दा की कारण है? पुत्त तेरे फुफड़ जी ने बुलाया सी मैनू। फुफड़ जी ने? ठीक ने ओह? हाँ सब ठीक ठाक है पुत्तर। पुत्त उन्हां ने ना तेरे रिश्ते दी गल चलाई आ, मुंडा बहुत सोहना सुनखा है, कला कला मुंडा पुत्तर, किसी सील की चीज़ की कोई कमी नहीं। जिदा मैं पुत्र रिश्ता भाल लसा तेरे लिए उदा रिश्ता मिल गया अपनों। पर डैडी हले तो पढ़ाई पूरी नहीं सी हुई, तुसी पढ़ाई तो पुत्र पूरी हो ही जानी है, तुसी एक बार पूछ तो लेंदे मैनू। पूछना क्यों नहीं पुत्र? अपने खानदान च पुत्र कुड़ियों तो पूछा नहीं जाता है, तेरी माँ तेरे नाना ने पूछा सी कितने मेरे विआह करने वास्ते? ना ही मैं तेरी भूआ ने पूछा किसी ने। पर डैडी ओ जमाना होर सी, अजकल जमाना बदल गया है। जमाने तो पुत्र पहला वर्ग ही नहीं, फिक्र ना कर तू किसी गल की, मैं जो करूँगा चंगा ही करूँगा तेरे लिए, ठीक है? पर चल मैं चाह पानी पीना जरा जाके, तू पढ़ ला अपना। बापू हाला जी चल खेत नहीं गया जी तू?
खेत जा के आना बापू, पहला गल करनी सी। हाँ दस की गल? हाँ जी बापू, शैली ने मैनू दस्या सी अपनी जस्सी ना हाँ कॉलेज किसी मुंडे नू पसंद करती है। मुंडे नू पसंद करती है? हाँ बापू। तू नहीं कुछ बोलिया फिर, समझाया सी कुड़ी नू? मैं कहा सी बापू, पर वो कहती मुंडा चंगा है जी। आप बापू एक बार जाके देख आइए। ये कहो जी गल कर रहा लाड़ी तू? तेनू पता तेरे फुफड़ जी ने मुंडा देखा जा ली, मैं उत्थे हाँ कराया। बापू देख हूँ कुड़ी जवान हो गई है, तो जे गुस्से जाके कोई गलत कदम चक लिया आपां कासे जोगे नहीं रहने। आपां एक बारी जाके देखे उन्हें, जे पसंद ना आया तो फिर आपां अगे गल कर लांगे। लाडी तू पागल हो गया, आपां कुड़ी दी मर्जी पुछांगे? बापू सलाह तां लैणी पऊगी, विआह जो उन्हें करवाना। डैडी जी ये ठीक कह रहे ने, देखो कुड़ी अपनी फिर भी समझदार, जिन्हें अपने नाल गल कर ली मैनूं मुंडा पसंद आ नहीं। अजकल दे जवाक तां तुहानूं पता है वी पहलां विआह करांदे ने फिर दसदे ने, ते तुसीं इक वारी उह मुंडे नूं मिल लो। मैं तां कहिंदी आ वी मान जिहा रख्या होगा कुड़ी जिहा दी। शालू पुत्ता तुसीं सारे जदों कह रहे हो तां थोड़ी जिद्द तां मैनूं मन्ननी पैणी आ। चल कोई गल नहीं, थोड़े कहे ते मैं एक वार जाया ना मुंडे दे घर, वार देखे ने किहो जिहा किहो जिहा नहीं। चल ऐ करो तुसीं उस तों पता करो किहड़े पिंड दा उह कित्थों दा आ, तो जाके पता कर देख लिया घर बार। कोई गल नहीं डैडी जी, मैं हूँ ही पता करके थोड़ा दस दी है। मैं कहने तुम अज ही जाया। चल तू पुछ के दस, फिर अभी जाके आने। ठीक है लाडी, ठीक ठीक है जी। चंगा बापू, पता करो उस तो। सतरीकाल जी। सतरीकाल काका। बैठो जी। बेबे चाह बना लो। अच्छा तेरा नाम है कमल? हाँ जी। जस्सी में प्यार करता है? हाँ जी। इत्थे रखेंगे उन्हों? अंकल जी फिक्र ना करो तुसी, मैं जस्सी नूं कदे भी कोई भी दुख नहीं आउण दिंदा। खुश काका, इह तां तेरे मन दा भुलेखा कि तू साडी कुड़ी नूं खुश रखेंगा। नहीं अंकल जी, मेरी पढ़ाई पूरी हो गई, बस हुण जल्दी कोई नौकरी मिल जाणी आ। बाकी घर बार भी छड्ड देना जी, वधिया पा लेना जी, बस एक बारी ਤੁਸੀਂ ਹਾਂ ਕਰ ਦਿਓ ਜੀ। ਮੇਰੀ ਚੱਲ ਭਰਾਵਾ, ਜਦੋਂ ਪਾਵੇਂਗਾ ਉਦੋਂ ਦੇਖਾਂਗੇ। ਚੱਲੀਏ ਰੈਡੀ। ਮੇਰੀ ਸੁਣਨਾ ਗੱਲ ਕਰ, ਅੱਜ ਤੋਂ ਬਾਅਦ ਨਾ ਮੇਰੀ ਧੀ ਨੂੰ ਮਿਲਣ ਦੀ ਕੋਸ਼ਿਸ਼ ਨਾ ਕਰੀ, ਨਹੀਂ ਸਾਡੇ ਤੋਂ ਬੁਰਾ ਕੋਈ ਨਹੀਂ ਹੋਣਾ ਹੈਗਾ, ਭੁੱਲ ਜਾ ਉਹਨੂੰ। ਚੱਲ ਲਾਡੀ। ਕੀ ਗੱਲ ਪੁੱਤ, ਚਲੇ ਵੀ ਗਏ? हाँ बेबे चले गए, असल दे विच वो जाण वास्ते आए सी। तू कहनी हुंदी सी बेबे कि पुत कुल्ली वाले नहीं कदे महिला नाल नहीं निभदी हुंदी, वो सच हो गया बेबे। अपना घर ते अपना सारी गरीबी पसंद नहीं आई उन्हां नूं। ਆਹ ਦੇਖ ਆਹ ਵਾਲੇ ਪਾਰਲਰ 'ਚ ਨਾ ਬੜਾ ਸੋਹਣਾ ਤਿਆਰ ਕਰਦੇ ਨੇ, ਮੈਨੂੰ ਵਧੀਆ ਲੱਗਿਆ ਸੀਗਾ। ਹਾਂ ਹੇਅਰ ਸਟਾਈਲ ਤੁਹਾਡੇ 'ਤੇ ਜਚੇਗਾ ਵੀ ਬਹੁਤ। ਹਾਂ ਪਰ ਵੀਰਾ ਤਾਂ ਜਿਵੇਂ ਤੁਸੀਂ ਕਹੋਗੇ ਉੱਦਾਂ ਕਰ ਦੇਣਗੇ। ਮੈਨੂੰ ਤਾਂ ਡੈਡੀ ਦੀ ਟੈਨਸ਼ਨ ਹੋ ਰਹੀ ਹੈ, ਡੈਡੀ ਮੰਨ ਜਾਣ ਇੱਕ ਵਾਰ ਬਸ। ਓਹੋ ਕਿਉਂ ਟੈਨਸ਼ਨ ਲਈ ਜਾਂਦੀ ਆ? ਕਮਲ ਪਸੰਦ ਤਾਂ ਆਉਣਗੇ ਨਾ ਉਹਨਾਂ? ਲੈ ਡੈਡੀ ਹੁਣੀ ਆ ਗਏ। ਆ ਗਏ ਡੈਡੀ ਤੁਸੀਂ? ਕੀ ਗੱਲ ਵੀਰੇ? ਕੀ ਗੱਲ ਡੈਡੀ, ਮੁੰਡਾ ਤਾਂ ਵਧੀਆ ਲੱਗਿਆ ਨਾ ਤੁਹਾਨੂੰ? ਬਸ ਬੜਾ ਹੀ ਵਧੀਆ, ਇਹੋ ਜਿਹਾ ਮੁੰਡਾ ਦੇਖਦੇ ਨੇ ਜਿਹਦੀ ਸ਼ਕਲ ਨਾ ਸੁਰਤ ਨਾ ਘਰ ਨਾ ਬਾਹਰ। ਨਹੀਂ ਡੈਡੀ, ਤੁਸੀਂ ਇੱਕ ਵਾਰ ਉਹਨਾਂ ਦਾ ਦਿਲ ਤਾਂ ਦੇਖਦੇ, ਉਹ ਬਹੁਤ ਚੰਗੇ ਸੁਭਾਅ ਦੇ ਨੇ। ਇਕੱਲੇ ਦਿਲ ਨਹੀਂ ਦੇਖੇ ਜਾਂਦੇ ਨੇ ਕੁੜੀਏ, ਬਾਕੀ ਸਾਰਾ ਕੁਝ ਵੀ ਦੇਖਣਾ ਪੈਂਦਾ। ਡੈਡੀ ਤੁਸੀਂ ਇੱਦਾਂ ਕਿਉਂ ਕਹਿ ਰਹੇ ਹੋ? ਸਭ ਕੁਝ ਦੇਖਣ ਦੇ ਬਾਵਜੂਦ ਮੈਂ ਤੈਨੂੰ ਉੱਥੇ ਵਿਆਹੂੰਗਾ? ਕੋਈ ਨਹੀਂ, ਤੂੰ ਆਪਣਾ ਘਰ ਬਾਰ ਦੇਖ ਤੇ ਉਹਨਾਂ ਨੂੰ ਦੇਖ। ਪਰ ਡੈਡੀ ਮੈਨੂੰ ਪਤਾ ਹੈ ਉਹ ਬਹੁਤ ਮਿਹਨਤੀ ਨੇ, ਮਿਹਨਤ ਕਰਕੇ ਸਭ ਕੁਝ ਬਣਾ ਲੈਣਗੇ। ਉਹ ਕੀ ਬਣਾ ਲੈਣਗੇ? ਉਹ ਉਹਨੂੰ ਬਣਾਉਂਦੇ ਬਣਾਉਂਦੇ ਨਾ 20 ਸਾਲ ਲੱਗ ਜਾਣਗੇ, ਉਹ ਤਾਂ ਰੋਟੀ ਨੂੰ ਵੀ ਤਰਸੇਗੀ। ਬਸ ਲਾਡੀ ਇਹਦੇ ਨਾਲ ਕੋਈ ਬਕਵਾਸ ਮਾਰਨ ਦੀ ਲੋੜ ਨਹੀਂ ਹੈਗੀ, ਮੇਰੀ ਗੱਲ ਸੁਣ ਲਾ ਕੰਨ ਖੁੱਲ੍ਹ ਕੇ। ਤੇਰੇ ਫੁੱਫੜ ਜੇ ਤੇਰੇ ਮੁੰਡਾ ਦੇਖਿਆ ਨਾ, ਤੇਰਾ ਵਿਆਹ ਉੱਥੇ ਹੋਊਗਾ। ਡੈਡੀ ਪਲੀਜ਼ ਇੱਦਾਂ ਨਾ ਕਰੋ, ਮੈਨੂੰ ਪਲੀਜ਼ ਪਲੀਜ਼ ਕੁਛ ਨਾ ਕਰੇ, ਠੀਕ ਹੈ ਨਾ? ਜੋ ਮੈਂ ਫੈਸਲਾ ਲੈ ਲਿਆ ਉਹ ਮੇਰਾ ਫੈਸਲਾ ਅਟਲਾ। ਪਾਪੀ ਤੁਸੀਂ ਚੱਲ ਲਾਡੀ। ਡੈਡੀ ਪਰ ਪਾਪੀ ਮੇਰੀ ਗੱਲ ਸੁਣ, ਬੜਾ ਸੋਚਣ ਦੀ ਲੋੜ ਨਹੀਂ, ਕੁਛ ਹੋ ਗਿਆ।
तू करके घर बैठी रहे, तेरा ब्याह कर देंगे बस। फिर अबे की गल, उहदा घर बार वधिया नहीं बनिया होया? उन्हां दे डैडी है नहीं, थोड़े जे गरीब ने, पर मेहनती बहुत है, वो सब कुछ बना लूगा। मैनू पता, मैनू बहुत प्यार करता है, मेरे खातिर कुछ भी करूगा। मैनू पहला क्यों नहीं कहा, मैं भी इन्हां मूहरे माड़ी पै गई हूँ। चल तू टेंशन ना ले, हुण जो उन्होंने फैसला लै लिया हूँ तो उवें होगा। नहीं बाबी इदां कदों का फोन वज रहा है। विक्की विक्की तुहाडा फोन आ रहा है। तुसी कौन? ओ हेलो विक्की, तुहानू किसी कुड़ी का फोन आया, ये कौन है? जिदा मर्जी फोन आवे, तैनू की लोड़ पई सी मेरा फोन चकन की? लोड़ विक्की, मैं तुहाडी घर वाली हाँ। तू जासूसियां करदी है मेरी? पर मैनू पता तो होना चाहिए तुहाडी जिंदगी च कौन है। तैनू मैं दसदा मेरी जिंदगी च कौन है। दस चक्के नहीं फोन कदे, समझ जा के तू लत्तां तोड़ दूं नहीं तेरियां। बस बहुत सह लिया, हुण होर नहीं। अज मैं जानी अपने डैडी को, मेरे भाभी नाल गल करूंगी। मैं इस बंदे नाल होर नहीं रह सकती, बस नहीं। जी मैं कहंदी सी मम्मी दा फोन आया सी, ओह कह जांदे ने वी गेड़ा मार जा गेड़ा मार जा, हुण तां चली आपां। किन्ने दिन हो गए मैनूं कहंदे नूं तुहानूं वी? ओह वक्त चलांगे, कणक आई पई है हुण वढ लईए हाड़ी, फिर मार के आवांगे गेड़ा। तुसीं तां ना बस ला ही लग जाया करो। बापू चलीए। बहुत मार दे डैडी, मैं जो उस घर च भी आई है ना, वो मेरे ना सही तरीके नाल नहीं रहिंदे। मेरे तो जिन्ना सह हुंदा सी मैं सह लिया, पर हुण मेरे तो सह नहीं हो रहा। डरना पुत्र डरना, प्लीज डैडी इन्ना पढ़ लिख के मेरे तो यह सब नहीं सह हो रहा। कोई गल नहीं पुत्र, मैं जाके आना समझाना जाके। बापू हले भी समझाउण दीआं गल्लां करदे, देख तां लादी हालत की करी उहने। मैं पहलां आख्या सी चंगे घर दा बंदा चंगे नहीं निकलदा हुंदा, जे उत्थे ब्याह कर दिंदे फिर की माड़ा सी। हालत देख लै उहदी की है, जदों जी करदा कुट के घरों कढ दिंदा, दो महीने टप्पण दिंदा। कुड़िए तू चल मेरे नाल पथाने चलदे आ। पुत थाने थाने जाना पुत, जमाई भाई है फिर भी अपना। वो जमाई भाई दी गल्लां रह गईआं बापू, हुण उदों जाएगा तू मार के दबदी कितें। चल कुड़ी डैडी, जज ना जिथे ये ब्याह कहंदी सी ना उत्थे कर दिंदे तुसीं, शायद ये सुख वाली होंदी। अज इहनूं आह दिन ना देखणे पैंदे। शेली पुत मैनूं किहड़ा पता सीगा कि उह इहो जिहा निकलूगा। हुण इह गल्लां करन दा टाइम नहीं हैगा बापू, चल चलीए। खड़ी हो जा तू, बैग अंदर रख दे। सेवक हां जी सर, ਉਹਨੂੰ ਗ੍ਰਿਫਤਾਰ ਕਰਕੇ ਲੈ ਕੇ ਆਓ। ਓਕੇ ਸਰ, ਧੰਨਵਾਦ ਬਹੁਤ ਤੇਰਾ। ਕੋਈ ਗੱਲ ਨਹੀਂ ਅੰਕਲ ਜੀ, ਧੰਨਵਾਦ ਦੀ ਕੋਈ ਗੱਲ ਨਹੀਂ, ਇਹ ਸਾਡਾ ਫਰਜ਼ ਬਣਦਾ। ਕਾਨੂੰਨ ਜੱਸੀ ਨੂੰ ਇਨਸਾਫ ਜ਼ਰੂਰ ਦਊਗਾ ਜੀ। ਪੁੱਤ ਤੂੰ ਤਾਂ ਆਪਣਾ ਫਰਜ਼ ਨਿਭਾ ਦਿਆ, ਪਰ ਮੈਂ ਆਪਣਾ ਫਰਜ਼ ਨਿਭਾ ਨਹੀਂ ਪਾਇਆ ਹੈਗਾ। ਜੱਸੀ ਸਹੀ ਕਹਿੰਦੀ ਸੀ ਜਿਹੜਾ ਇਹ ਤੈਨੂੰ ਪਸੰਦ ਕੀਤਾ ਸੀ, ਪਰ ਪੁੱਤ ਮੈਂ ਕਮਲਾ ਇਹ ਸੋਚਦਾ ਰਿਹਾ ਕਿ ਸੂਰਤਾਂ ਦੇਖਣੀ ਚਾਹੀਦੀ, ਪਰ ਪੁੱਤ ਸੂਰਤਾਂ 'ਚ ਕੁਛ ਨਹੀਂ ਪਿਆ ਹੁੰਦਾ, ਸੀਰਤਾਂ ਰੱਖਣੀ ਦੇਖਣੀ ਚਾਹੀਦੀ ਬੰਦੇ ਦੀਆਂ। ਮੈਂ ਦੇਖਿਆ ਅਮੀਰ ਘਰ ਦਾ ਮੁੰਡਾ, ਕੋਠੀਆਂ ਘਰਾਂ ਦੇਖੀ, ਪਰ ਪੁੱਤ ਉਹਦੇ ਗੁਣ ਨਹੀਂ ਦੇਖੇ। ਮੇਰੀ ਧੀ ਅੱਜ ਮੇਰੇ ਫੈਸਲੇ ਕਰਕੇ ਹੀ ਦੁਖੀ ਹੈ, ਪੁੱਤ ਹੋ ਸਕੇ ਮੈਨੂੰ ਮਾਫ਼ ਕਰ ਦੇ। ਕੋਈ ਗੱਲ ਨਹੀਂ ਅੰਕਲ ਜੀ, ਕੋਈ ਵੀ ਮਾਂ ਬਾਪ ਆਪਣੀ ਧੀ ਲਈ ਮਾੜਾ ਨਹੀਂ ਸੋਚਦਾ, ਅਤੇ ਹੁਣ ਪਛਤਾਏ ਦਾ ਕੋਈ ਫਾਇਦਾ ਨਹੀਂ। ਅਤੇ ਮੈਂ ਵੀ ਭੁੱਲ ਚੁੱਕਿਆ, ਕਿਉਂਕਿ ਜੱਸੀ ਸਾਹਿਬ ਮੇਰੀ ਕਿਸਮਤ 'ਚ ਹੈ ਹੀ ਨਹੀਂ ਸੀ। ਪਰ ਕੋਈ ਗੱਲ ਨਹੀਂ, ਹੁਣ ਜਿੱਥੇ ਵੀ ਆ ਰਾਜੀ ਖੁਸ਼ੀ ਰਹੇ, ਅਤੇ ਬਾਕੀ ਰਹੀ ਗੱਲ ਵਿੱਕੀ ਦੀ, ਅਸੀਂ ਉਹਨੂੰ ਸਮਝਾਵਾਂਗੇ। ਹੁਣ ਇਹਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਹੀਂ ਹੋਊਗਾ। ਜੱਸੀ
किसी गल का फिक्र ना करी, मैं हैगा। ठीक है पुत, तेरा बहुत बहुत धन्यवाद पुत। ठीक है अंकल जी।